ਨਿਤ ਕਿਸੇ ਨਾ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ। ਪੰਜ ਦਰਿਆਵਾਂ ਦੀ ਧਰਤੀ ਦੇ ਦਰਿਆ ਭਾਵੇਂ ਵੱਡੇ ਗਏ, ਜਿਹੜੇ ਪੰਜਾਬ 'ਚ ਰਹਿ ਗਏ ਉਹ ਵੀ ਸੁੱਕੇ ਰਹਿੰਦੇ ਆ, ਪਰ ਪੰਜਾਬ ਦੀ ਧਰਤੀ 'ਤੇ ਇਸ ਟਾਈਮ ਨਸ਼ਿਆਂ ਦਾ, ਖਾਸ ਕਰਕੇ ਚਿੱਟੇ ਦਾ ਦਰਿਆ ਐਨ ਕੰਢਿਆਂ ਤੱਕ ਭਰ ਕੇ ਵਗ ਰਿਹਾ। ਇਸ ਮਸਲੇ 'ਤੇ ਸਰਕਾਰਾਂ ਟੁੱਟੀਆਂ ਵੀ ਅਤੇ ਸਰਕਾਰਾਂ ਬਣੀਆਂ ਵੀ, ਕਿਸੇ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਚੁੱਕੀ, ਮੈਂ ਨਸ਼ਿਆਂ ਦਾ ਲੱਖ ਤੋੜ ਦੂੰ, ਮੈਂ ਚਿੱਟੇ ਨੂੰ ਖਤਮ ਕਰ ਦੂੰ। ਕਿਸੇ ਨੇ ਗਰੰਟੀ ਦਿੱਤੀ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਚਿੱਟੇ ਨੂੰ ਖਤਮ ਕਰ ਦਾਂਗੇ, ਪਰ ਇਹ ਚਿੱਟੇ ਦਾ ਦਹਿਣ ਪਹਿਲਾਂ ਨਾਲੋਂ ਵੀ ਵਿਕਰਾਲ ਰੂਪ ਧਾਰਨ ਕਰ ਗਿਆ। ਮਨਸੂਬੇ ਵਾਲੇ ਜਥੇ ਵੱਲੋਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ, ਇਹ ਪੰਜਾਬੀਓ, ਜੇ ਪੰਜਾਬ 'ਚੋਂ ਚਿੱਟਾ ਬੰਦ ਕਰਵਾਉਣਾ ਚਾਹੁੰਦੇ ਹੋ, ਜੇ ਚਿੱਟੇ ਦਹਿਣ ਤੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ, ਜੇ ਪੰਜਾਬ ਦੀ ਧਰਤੀ 'ਤੇ ਪੈਂਦੇ ਵੈਰਾਂ ਨੂੰ ਬੰਦ ਕਰਵਾਉਣਾ ਚਾਹੁੰਦੇ ਹੋ, ਤਾਂ ਸਰਕਾਰਾਂ ਦੇ ਮੂੰਹ ਵੱਲ ਨਾ ਦੇਖੋ, ਕਿਸੇ ਸੰਗਠਨਾਂ ਦੇ ਮੂੰਹ ਵੱਲ ਨਾ ਦੇਖੋ। ਆਓ, ਉੱਠੋ, ਘਰਾਂ 'ਚੋਂ ਨਿਕਲੋ, ਏਕਾ ਕਰੀਏ, ਚਿੱਟੇ ਨੂੰ ਪੰਜਾਬ ਦੀ ਧਰਤੀ ਤੋਂ ਬੰਦ ਕਰਵਾਈਏ। ਮਨਸੂਬੇ ਵਾਲੇ ਪ੍ਰੀਤ ਸਿੰਘ ਸੰਧਰ ਦਾ ਜਥਾ ਜਗਵੇਦ ਸਿੰਘ ਕਰਾਲਾ ਤੇ ਗੁਰਪ੍ਰੀਤ ਸਿੰਘ ਚੀਮਰਾ ਦੀਆਂ ਆਵਾਜ਼ਾਂ ਵਿੱਚ ਕਰਦਾ ਹੈ, ਇਹੋ ਕਹੇ ਕਰ।